ਸਤਿਨਾਮ ਵਾਹਿਗੁਰੂ ਸਾਹਿਬ ਜੀਓ ਗਉਂਦ ਮਹਲਾ ਪੰਜਵਾਂ ਸੰਤ ਕਾਲੀਆ ਤਰਤ ਬਿਦਾਰੋਂ ਸੰਤ ਕਾ ਨਿੰਦਕ ਅਕਾਸ ਤੇ ਟਾਰੋ ਸੰਤ ਕਾਲੀਆ ਤਰਤ ਬਿਦਾਰੋ ਸੰਤ ਕਨਿੰਦਕ ਅਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤਖਿਨ ਤਾਲ सोई संत जी पहावै राम संत गोविंद कह एक, एक काम रहा संत ऊपर दे हाथ संत कह संग बसे दिन रात सास सास संत प्रतिपाल संत का दोखी राजते ताल <coughs> संत की निंदा करो न कोई <coughs> जो निंदा है तिसका पतन होए जिसको राख है सृजनहार चख मारो सकल संसार ਰੱਬੇ ਆਪਣੇ ਕਾ ਭਿਆ ਵਿਸਾਸ ਜੀਉ ਪਿੰਡ ਸਭ ਤਿਸ ਕੀ ਰਾਸ ਨਾਨਕ ਕਉ ਉਪਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ ਨਾਨਕ ਕਉ ਉਪਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਲ ਸ਼ਬਦ ਸਤਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਸ਼ਾਮ ਸਮੇਂ satsang ਦਾ ਸਮਾਂ ਸੀ ਪ੍ਰਾਪਤ ਕੀਤਾ ਹੈ ਗੁਰੂ ਹਜ਼ੂਰੀ ਨੂੰ ਬਾਣਦੇ ਆ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ ਹੁਣ ਬਣਦੇ ਸਮੇਂ ਵਿੱਚ ਗੁਰ ਸ਼ਬਦ ਵਿਆਖਿਆਨ ਹੋਏਗਾ ਰਾਗ ਗੌਂਡ ਦੇ ਉਪਦੇਸ਼ ਬਚਨ ਅਸੀਂ ਵਿਚਾਰ ਰਹੇ ਹਾਂ ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਮੁਕਾਮੀ ਸੰਦੇਸ਼ ਹੈ ਰਹਾਉ ਤੇ ਬੰਦ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ ਸਭ ਜ਼ਿਕਰ ਕਰਦੇ ਨੇ ਸੋਈ ਸੰਤ ਜੇ ਭਾਵੇ ਰਾਮ ਸੰਤ ਗੋਬਿੰਦ ਕੈ ਏਕ ਕਾਮ ਰਹਾਉ ਸੋਈ ਸੰਤ ਜੇ ਭਾਵੇ ਰਾਮ ਸੰਤ ਇੰਤਹਾ ਦੀ ਇੱਕ ਸਤਕਾਰਤ ਤੇ ਅਧਿਆਤਮਿਕ ਸਟੇਟ ਆਫ ਮਾਈਂਡ ਕਹ ਲੈ ਇਸਟੇਟ ਆਫ ਪੋਜੀਸ਼ਨ ਕਹ ਲਓ ਉਸ ਲੈਵਲ ਤੇ ਇਸ ਨੂੰ ਜਿਸ ਨੇ ਮਾਨਿਆ ਜਾਣਿਆ ਉਹ ਅਧਿਆਤਮਿਕ ਤਲ ਦੇ ਉੱਤੇ ਸਪਿਰਚੁਅਲ ਲੈਵਲ ਦੇ ਉੱਤੇ ਅਕਾਲ ਪੁਰਖ ਵਹਿਗੁਰੂ ਨਾਲ ਆਤਮ ਸਾਥ ਹੋ ਗਿਆ ਇਹ ਬਾਣੀ ਕਹਿ ਰਹੀ ਹੈ ਸਾਨੂੰ ਪਰ ਅਨਫੋਰਚਨਟਲੀ ਜਿਵੇਂ ਐਸੀ ਕੁਦਰਤ ਦੀ ਖੇਡ ਆਏ ਮਾਇਆ ਜਿਹਨੂੰ ਇਲਿਊਜ਼ਨ ਕਿਹਾ ਗਿਆ ਇਹ ਕੁਦਰਤ ਦੇ ਨਿਯਮ ਹੁਕਮ ਵਿੱਚ ਹੀ ਆਉਂਦੀ ਹੈ ਝੂਠ ਪਰਮ ਭੁਲੇਖਾ ਫਰੇਬ ਪਖੰਡ ਅਡੰਬਰ ਇਹ ਮਨੁੱਖੀ ਵਿਹਾਰ ਦੇ ਹਿੱਸੇ ਨੇ ਇਹਨਾਂ ਤੋਂ ਮਨਕਰ ਥੋੜਾ ਹੋਇਆ ਜਾ ਸਕਦਾ ਹੈ ਜਿੱਥੇ ਮਨੁੱਖ ਨੂੰ ਅਸੀਂ ਇੱਕ ਇਹ ਕਹਿੰਦੇ ਆ ਮਨੁੱਖ ਵਿੱਚ ਸੱਚ ਹੈ ਧਰਮ ਹੈ ਬੈਰਾਗ ਹੈ ਸਮਝਿਆ ਅਕਲਿਆ ਬਹੁਤ ਸਾਰੇ ਗੁਣ ਨੇ ਪਰੋਗੁਣ ਵੀ ਤੇ ਹੈ ਹੀ ਨੇ ਦੋਨਾਂ ਚੀਜ਼ਾਂ ਦਾ ਸੁਮੇਲ ਹੀ ਹੈ ਸਰੂਪ ਦੇ ਵਿੱਚ ਅੱਜ ਅਸੀਂ ਸਵੇਰ ਤੇ دیਵਾਨਾ ਚ ਵਿਚਾਰ ਰਹੇ ਸੀ ਕਿਆ ਬਗ ਬੱਪੂੜਾ ਛਪੜੀ ਨਾ ਆਏ ਕੀਚੜ ਡੂਬੇ ਮੈਲ ਨਾ ਜਾਏ ਹੁਣ ਬਾਬਾ ਜੀ ਨਾਲ ਬਾਬਾ ਜੀ ਨੇ ਬਗਲੇ ਨੂੰ ਥੋੜਾ ਜਿਹਾ ਬਾਤ ਕਹੀ ਹੈ ਸਾਨੂੰ ਕਹੀ ਹੈ ਬਗਲੇ ਨੇ ਕਿਡਾ ਆ ਕੇ ਬਾਣੀ ਪੜਨੀ ਹੈ ਜਾਂ ਉਹਨੇ ਉਪਦੇਸ਼ ਪੜਨੇ ਨੇ ਜਾਂ ਉਹਨੇ ਉਹਦੇ ਵਾਸਤੇ ਗੁਰਮੁਖੀ ਅੱਖਰ ਉਕੇਰੇ ਗਏ ਨੇ ਸਾਡੇ ਅੰਦਰ ਜੋ ਬਗਲਾ ਬੈਠਾ ਆ ਪਖੰਡੀ ਸਿਰੇ ਦਾ ਪਖੰਡ ਬਾਹਰ ਕੁਝ ਹੋਰ ਅੰਦਰ ਕੁਝ ਹੋਰ ਜਿਹਨੂੰ ਸਾਹਿਬ ਨੇ ਕਿਹਾ ਦੇਖਣ ਵਿੱਚ ਪਤਾ ਲੱਗਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਦਿਖਣ ਨੂੰ ਮਨੁੱਖ ਤੇ ਬੜਾ ਵੱਡਾ ਮਨੁੱਖ ਪਰ ਜਦੋਂ ਕਰਤੂਤ ਪਸ਼ੂ ਤੋਂ ਬੱਤਰ ਕੀ ਕਰੋਗੇ ਤੁਸੀਂ ਸੇ ਪੋਸਿਬਿਲਟੀ ਹੈ ਜਿੱਥੇ ਪੋਸਿਬਿਲਟੀ ਹੈ ਕਿ ਬੰਦਾ ਚੋਰ ਕੁੜਿਆਰ ਡਾਕੂ ਮਤਲਬ ਬਦਮਾਸ਼ ਹਰ ਤਰ੍ਹਾਂ ਦਾ ਉਸ ਲੈਵਲ ਤੇ ਅਲਾਮਤੀ ਹੋ ਸਕਦਾ ਹੈ ਇਹ ਵੀ ਪੋਸਿਬਿਲਟੀ ਹੈ ਕਿ ਬੰਦਾ ਬਹੁਤ ਕਜਾਕ ਹੋ ਕੇ ਧਾਰਮਿਕ ਉਪਾਧੀ ਨੂੰ ਧਾਰਮਿਕ ਪੋਜੀਸ਼ਨ ਨੂੰ ਧਾਰਮਿਕ ਇੱਕ ਦਿੱਖ ਨੂੰ ਉਸ ਨੂੰ ਹੀ ਇਸਤੇਮਾਲ ਗਲਤ ਰੂਪ ਵਿੱਚ ਕਰ ਲਵੇ ਤੇ ਹੁੰਦਾ ਆਇਆ ਗੁਰੂ ਮਹਾਰਾਜ ਦੇ ਆਪਣੇ ਜੀਵਨ ਇੱਜ਼ਤ ਰਾਮ ਵਿੱਚ ਅਸੀਂ ਦੇਖਦੇ ਹੈਗੇ ਆ ਸੱਜਣ ਸ਼ੇਖ ਦੀਆਂ ਸਾਖੀਆਂ ਪੜ੍ਹਦੇ ਆ ਉਹ ਡੈਫੀਨਿਟਲੀ ਬੜਾ ਸੱਜਣ ਪੁਰਖ ਸੀਗਾ ਬੜਾ ਧਰਮੀ ਬੰਦਾ ਬੜਾ ਭਦਰ ਪੁਰਖ ਸੀਗਾ ਮਹਾਰਾਜ ਨੂੰ ਜਾ ਕੇ ਸ਼ੀਸ਼ਾ ਵਿਖਾਉਂਦੇ ਕਿ ਤੂੰ ਬਾਹਰੋਂ ਭਦਰ ਪੁਰਖ ਬਣਿਆ ਕਿੰਨਾ ادب ਸਤਕਾਰ ਸਭ ਚੀਜ਼ਾਂ ਮਿਲ ਰਹੀਆਂ ਨੇ ਪ੍ਰਜੇ ਕੀ ਤੇਂਦਰੁ ਬਣ ਜੈ ਤੇ ਯਾ ਨਾ ਗੱਲ ਤੇ ਹੈ ਨਾ ਕਿ ਤੂੰ ਖੁਦ ਹੀ ਨਹੀਂ ਸਮਝ ਰਿਹਾ ਤੂੰ ਆਪਣੇ ਆਪ ਨੂੰ ਚੀਟ ਕਰ ਰਿਹਾ ਕਿਸੇ ਨੂੰ ਥੋੜਾ ਚੀਟ ਕਰ ਰਿਹਾ ਜੇ ਬਾਹਰੋਂ بڑا ਤੂੰ ਉਸ ਰੂਪ ਦੇ ਵਿੱਚ ਦਿਖ ਰਿਹਾ ਹੈ ਮਤਲਬ ਬਗਲਾ ਤੇ ਹੰਸ ਕਹਿੰਦੇ ਇੱਕੋ ਜਿਹੇ ਹੁੰਦੇ ਨੇ ਹੁਣ ਬਾਹਰੋਂ ਕੋਈ ਚੀਜ਼ ਜਿਹੜੀ ਆ ਬਗਲੇ ਵਰਗ ਹੰਸ ਵਰਗੀ ਚਿੱਟੀ ਲੱਗਦੀ ਹੈ ਤੇ ਜੇ ਕਿਤੇ ਅੰਦਰ ਵੀ ਉਹਦੇ ਹੰਸ ਆ ਜਾਏ ਤੇ ਕੀ ਜੀਵਨ ਬਣ ਜਾਏ ਗੁਰੂ ਬਾਬਾ ਜੀ ਇਸ ਤਰੀਕੇ ਨਾਲ ਸਮਝਾਉਂਦੇ ਬੰਦੇ ਨੂੰ। ਬਾਕੀ ਇਹ ਸੰਤ ਮਹਾਪੁਰਖ ਗੁਰਮੁਖ ਜਨ ਸਾਧੂ ਕੋਈ ਲਫ਼ਜ਼ ਕਹਿ ਲਓ ਕੋਈ ਲਕਬ ਕਹਿ ਲਓ। ਕਲੇਮ ਕਰਨ ਨੂੰ ਤੇ ਕੋਈ ਵੀ ਕਰ ਸਕਦਾ ਹੈ ਜੀ। ਕਿਸੇ ਨੂੰ ਇਹਦੇ ਤੇ ਰੋਕ ਨਹੀਂ ਹੈ। ਪਰ ਉਹਦੀ ਕੋਈ ਪਹਿਚਾਨ ਵੀ ਤੇ ਹੋਏਗੀ। ਇਤ ਨਹੀਂ ਹੋ ਸਕਦਾ ਕਿ ਹੁਣ ਸਪੋਜ਼ ਕਰੋ ਕੋਈ ਸ਼ਖਸ ਕਹਿੰਦਾ ਕਿ ਇਹ ਸਮਝਦਾਰ ਆ ਅਕਲ ਵਾਲਾ ਆ ਜਿਵੇਂ ਬਾਬਾ ਫਰੀਦ ਜੀ ਨੇ ਜਦੋਂ ਬਿਆਨ ਕੀਤਾ ਹਾਲਾਂਕਿ ਸਾਡੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਬਹੁਤ ਚਲਾਕ ਹੋਏ ਸੀ ਕਹਿੰਨੇ ਆ ਇਹ ਬੰਦਾ ਬੜਾ ਸਿਆਣਾ ਆ ਜਿਹੜਾ ਦੂਜਿਆਂ 'ਚ ਕਮੀਆਂ ਪੇਸ਼ੀਆਂ ਕੱਢਦੇ ਦੂਜਿਆਂ ਨੂੰ ਗੱਲ ਨਾ ਆਉਣ ਦੇ ਲਾਜਵਾਬ ਕਰਦੇ ਬਾਬਾ ਫਰੀਦ ਨੇ ਡਿਫਾਈਨ ਕੀਤਾ ਮੈਂ ਉਹਨੂੰ ਲਤੀਫ ਨਹੀਂ ਮੰਨਦਾ ਮੈਂ ਲਤੀਫ ਪਤਾ ਕਿਹਨੂੰ ਮੰਨਦਾ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਉਹ ਤੇ ਬਿਲਕੁਲ ਹੀ ਜਜਮੈਂਟਲ ਨਹੀਂ ਹੋਣਾ ਚਾਹੀਦਾ ਉਹਨੂੰ ਕਿਨੇ ਹੱਕ ਦਿੱਤਾ ਦੂਜਿਆਂ ਨੂੰ ਜੱਜ ਕਰਿਓ ਫਿਰ ਲਤੀਫ ਉਹ ਕਿਸ ਰੂਪ ਵਿੱਚ ਹੋਏਗਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੇ ਡੇ ਗਰੀਵਾਨ ਮੈਂ ਸਿਰ ਨੀਵਾ ਕਰ ਦੇ ਆਪਣੇ ਗਰੀਵਾਨ ਵਿੱਚ ਦੇਖ ਹੂ ਯੂ ਆਰ ਤੇਰੀਆਂ ਖਾਮੀਆਂ ਕੀ ਨੇ ਤੇਰੀਆਂ ਕਮੀਆਂ ਕੀ ਨੇ ਤੇਰੀਆਂ ਕਮਜ਼ੋਰੀਆਂ ਕੀ ਨੇ ਸੰਤ ਰੂਪ ਹੋਇਆ ਜਿਹੜਾ ਆਪਣੇ ਆਪ ਨੂੰ ਮਤਲਬ ਸੰਭਾਲਦਾ ਆਇਆ ਆਪਣੇ ਆਪ ਨੂੰ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਛੰਡਦਾ ਆਇਆ ਵਿੱਚੋਂ ਜੋ ਕਮੀ ਪੇਸ਼ੀ ਘੱਟਾ ਮਿੱਟੀ ਨੂੰ ਬਾਹਰ ਕੱਢਦਾ ਆਇਆ ਵੀ ਇਸ ਰੂਪ ਦੇ ਵਿੱਚ ਸਾਰੇ ਭਗਤ ਜਨ ਇਹੀ ਕਰ ਰਹੇ ਨੇ ਗੁਰੂ ਸਾਹਿਬ ਬਾਣੀਕਾਰ ਸਾਰੇ ਇਹ ਕਰ ਰਹੇ ਨੇ ਅਸੀਂ ਗਾਹੇ ਬਗਾਹੇ ਬਚਨ ਪੜਦੇ ਬਾਬਾ ਕਬੀਰ ਜੀ ਸਾਡੇ ਸੰਤ ਨੇ ਤੇ ਸੰਤ ਕਹੈసే ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਬੰਦਾ ਕਹਿੰਦਾ ਵੀ ਮੈਨੂੰ ਤੁਸੀਂ ਕਹੋ ਵੀ ਮੈਂ ਬਹੁਤ ਚੰਗਾ ਦੁਜੇ ਸਾਰੇ ਮਾੜੇ ਵਾਵਾ ਕਬੀਰ ਜੀ ਕਹਿੰਦੇ ਨਾ ਅਜੇ ਤੇ ਮੈਂ ਆਪਣੀਆਂ ਬੁਰੀਆਆਂ ਨੂੰ ਹੀ ਵੇਖ ਰਿਹਾ ਹਾਂ ਤੇ ਉਹਨਾਂ ਤੇ ਕੰਮ ਕਰ ਰਿਹਾ ਹਾਂ ਇਹਨਾਂ ਤੋਂ ਬਾਹਰ ਨਿਕਲਾਵਾਂਗਾ ਕਿਸੇ ਹੋਰ ਨੂੰ ਵੀ ਬੁਰਾ ਪੱਲਾ ਕਹਿਣ ਦੀ ਉਸ ਰੂਪੇ ਚਾਵਾਂਗਾ ਪਰ ਅਜੇ ਤੇ ਆਪਣੇ ਤੇ ਕੰਮ ਕਰਨਾ ਹੈ ਸੰਤ ਉਹ ਹੈ ਸੰਤ ਸੁਭਾਵਕ ਤੌਰ ਤੇ ਆਪਣੇ ਜੀਵਨ ਨੂੰ ਸਹੀ ਕਰਦਾ ਆ ਉਸ ਨੂੰ ਉਹਦੀ ਕੈ ਲੋਕ ਨੂੰ ਕੰਗੀ ਫੇਰਦਾ ਉਹਦੀਆਂ ਗੁੰਝਲਾਂ ਕੱਢਦਾ ਆ ਤੇ ਫਿਰ ਕੱਢਦਾ ਕਾਦੇ ਵਾਸਤੇ ਹੈ ਤਾਂ ਕਿ ਦੂਜਿਆਂ ਲਈ ਕੋਈ ਪ੍ਰੇਰਣਾਦਾਇਕ ਜੀਵਨ ਬਣ ਸਕੇ ਆਪਨੇ ਤੂਤਾਂ ਵਾਲਾ ਖੂ ਸ਼ਾਇਦ ਕਿਤੇ ਆ ਉਹ ਨਾਵਲ ਪੜਿਆ ਹੋਏ ਬੜੇ ਦਾਣਿਸ਼ਮੰਦ ਮਹਿਰੂਮ ਜੋ ਟਾਡੀ ਸੋਹਨ ਸਿੰਘ ਸੀਤਲ ਉਹਨਾਂ ਦਾ ਉਹਦੇ ਜਿਹੜਾ ਅਕਾਲੀ ਕਰੈਕਟਰ ਹੈ ਬਾਬਾ ਅਕਾਲੀ ਉਹ ਸੰਤ ਬਿਰਤੀ ਹੈ ਪਈ ਵੀਰ ਸਿੰਘ ਜੀ ਦਾ ਬਾਬਾ ਨੋਦ ਸਿੰਘ ਐਕਚੁਅਲੀ ਇੱਕ ਕਿਰਦਾਰੀਅਤ ਆ ਇਹ ਬੰਦੇ ਚ ਹੋਏ ਬੰਦਾ ਉਸ ਨੂੰ ਅਡਾਪਟ ਕਰੇ ਫਿਰ ਇਹ ਹੈ ਸੌਰੀ ਟੂ ਸੇ ਮਤਲਬ ਆਮ ਲੋਕਾਂ ਨੂੰ ਭਲੇਖਾ ਪਾ ਕੇ ਉਹਨਾਂ ਦੇ ਨਾਲ ਪੋਲੀਆਂ ਮਿੱਠੀਆਂ ਗੱਲਾਂ ਕਰਕੇ ਤੇ ਕੋਈ ਵੀ ਆਪਣੇ ਆਪ ਨੂੰ ਵੱਡਾ ਖਵਾ ਸਕਦਾ ਹੈ ਜਿੱਥੇ ਲੋੜ ਹੋਏ ਬੋਲਣ ਦੇ ਉੱਥੇ ਬੋਲੇ ਨਾ ਇਸਟੈਬਲਿਸ਼ਮੈਂਟ ਦੇ ਵਿੱਚ ਜਿੱਥੇ ਖਾਮੀਆਂ ਹੁੰਦੀਆਂ ਨੇ ਜਿੱਥੇ ਕਮੀਆਂ ਹੁੰਦੀਆਂ ਨੇ ਭਈ ਉਹਨਾਂ ਨੂੰ ਐਡਰੈਸ ਕਰੋ। ਬਾਬਾ ਕਬੀਰ ਵਕਤ ਦੇ ਹਾਕਮਾਂ ਨੂੰ ਵਕਤ ਦੇ ਜ਼ੁਲਮ ਕਰਨ ਵਾਲੀ ਧਿਰ ਨੂੰ ਵਕਤ ਦੀ ਜਿੰਨੀ ਉਹ ਸਾਰੀ ਧਿਰ ਹੈ ਜਿਹੜੀ ਲੋਕਾਂ ਦਾ ਜਿਉਣਾ ਦੁਬਾਰ ਕਰ ਰਹੀ ਹੈ ਉਸ ਨੂੰ ਆਵਾਜ਼ ਦਿੰਦਾ ਆ ਉਸ ਨੂੰ ਸ਼ੀਸ਼ਾ ਵਿਖਾਉਂਦਾ ਆ। ਇਹੀ ਕਰਮ ਸਾਰੇ ਗੁਰੂ ਮਹਾਰਾਜ ਨੇ ਕੀਤਾ ਗੁਰੂ ਨਾਨਕ ਸਾਹਿਬ ਮਲਕ ਭਾਗੋ ਵਰਗੇ ਦੇ ਸਾਹਮਣੇ ਜਾ ਕੇ ਉਹਨੂੰ ਵਿਖਾਉਂਦੇ ਸ਼ੀਸ਼ਾ ਵੀ ਆ ਤੂੰ ਕੀ ਕਰ ਰਿਹਾ ਸੰਤ ਇੱਥੇ ਜਾ ਕੇ ਪੂਰਾ ਉਕਰਦਾ ਆ ਸਿਰਫ ਲਬਾਜ਼ੀ ਤੌਰ ਤੇ ਜਾਂ ਦਾਅਵੇ ਦੇ ਤੌਰ ਤੇ ਨਹੀਂ ਹੈ ਇੱਥੇ ਗੁਰੂ ਮਹਾਰਾਜ ਦਾ ਜੋ ਬਚਨ ਅਸੀਂ ਪੜ ਰਹੇ ਆ ਮਹਾਰਾਜ بیان ਕਰਦੇ ਸੋਈ ਸੰਤ ਜੇ ਭਾਵੈ ਰਾਮ ਦੁਨੀਆ ਨੂੰ ਪਾਉਣ ਵਾਲਾ ਨਹੀਂ ਹੈ ਕਿਉਂਕਿ ਦੁਨੀਆ ਨੂੰ ਤੇ ਚੰਗਾ ਹੀ ਨਹੀਂ ਲੱਗਦਾ ਗੁਰੂ ਨਾਨਕ ਸਾਹਿਬ নো ਡਾਊਟ ਅਸੀਂ ਉਹਨਾਂ ਦੀ ਆਸਥਾ ਕਰਦੇ ਆ ਅਸੀਂ ਉਹਨਾਂ ਨੂੰ ਅਸੀਂ ਦਾਵਾ ਕਰਦੇ ਸੀ ਗੁਰੂ ਸਾਹਿਬ ਦੇ ਸਿੱਖ ਹਾਂ ਤੇ ਬੜੇ ਅਸੀਂ ਇਤਰਾਮ ਸਤਕਾਰ ਨਾਲ ਬੁਲਾਉਂਦੇ ਆ ਪਰ ਬਾਬਾ ਜੀ ਨੂੰ ਜਦੋਂ ਅਸੀਂ ਬੋਚਨ ਪੁੱਛੀ ਬਾਬਾ ਜੀ ਅੱਛਾ ਫਿਰ ਤੁਹਾਨੂੰ ਤੇ ਸੰਸਾਰ ਬੜਾ ਚੰਗਾ ਸਮਝਦਾ ਹੋਣਾ ਬਾਬਾ ਜੀ ਕਹਿੰਦੇ ਸਚਾਈ ਇਹ ਹੈ ਕੋਈ ਆਖ ਹੈ ਭੂਤਨਾ ਕੋ ਕਹ ਹੈ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਇਹ ਸੰਸਾਰ ਨੂੰ ਕਿੱਥੇ ਪਾਉਂਦਾ ਸੰਸਾਰ ਤੇ ਕਹਿੰਦਾ ਨਹੀਂ ਮੇਰੀ ਬੋਲੀ ਬੋਲ ਬਾਬਾ ਜੀ ਕਹਿੰਦੇ ਨਹੀਂ ਤੇਰੀ ਬੋਲੀ ਨਹੀਂ ਬੋਲੀ ਜਾ ਸਕਦੀ ਈਵਨ ਗੁਰੂ ਸਾਹਿਬ ਦੇ ਪਿਤਾ ਜੀ ਬਾਬਾ ਮਹਤਾ ਕਲਿਆਣ ਦਾਸ ਜੀ ਬਾਬਾ ਕਾਲੂ ਜੀ ਉਹ ਕਹਿੰਦੇ ਤੂੰ ਜਿਵੇਂ ਮੈਂ ਕਹਿਣਾ ਓਵੇਂ ਬੋਲੋ ਕਹਿੰਦੇ ਨਹੀਂ ਇਹ ਸੱਚ ਨਹੀਂਗਾ ਸੋ ਇੱਥੇ ਜਾ ਕੇ ਪਤਾ ਲੱਗਦਾ ਕਿ ਉਸ ਉਸ ਉਹ ਰਾਮ ਨੂੰ ਪੌਂਦਾ ਆ ਉਹਦੀ ਐਸੋਸੀਏਸ਼ਨ ਉਸ ਪਰਿਪੂਰਨ ਦੇ ਨਾਲ ਆ ਉਹ ਵੱਡੇ ਅਸੂਲਾਂ ਨੂੰ ਪਾਲਦਾ ਉਸ ਰੂਪ ਦੇ ਅੰਦਰ ਉਹ ਸੰਸਾਰ ਨੂੰ ਨਹੀਂ ਰਜਾਉਂਦਾ ਉਹ ਸੰਤ ਆ ਹਾਂ ਆਮ ਕਰਕੇ ਤੈਨੂੰ ਕਿਹਾ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਉਹਨਾਂ 'ਚ ਕੋਈ ਮੇਲ ਮਲਾਪ ਨਹੀਂ ਬਣਦਾ ਕਈ ਵਰੀ ਵੇਖਣ 'ਚ ਤੇ ਵੀ ਆਉਂਦਾ ਆ 바ਵਾ ਕਬੀਰ ਜੀ ਕਹਿੰਦੇ ਇੱਕ ਅਵਘਟ ਘਾਟੀ ਰਾਮ ਕੀ ਤੈਂ ਚੜ ਰਿਓ ਕਬੀਰ ਕਹਿੰਦੇ ਵੀ ਗੱਲ ਇਹ ਐ ਔਖੀ ਘਾਟੀ ਐ ਇੱਥੇ ਤੇ ਮਤਲਬ ਇਕੱਲਾ ਹੀ ਤੁਰਨਾ ਪੈਂਦਾ ਕਈ ਵਰੀ ਇੱਥੇ ਤੇ ਕਈ ਵਰੀ ਬਿਲਕੁਲ ਇਕੱਲਾ ਹੀ ਰਹਿ ਜਾਂਦਾ ਪਰ ਉਹਦੇ ਉਸ ਰੂਪ ਦੇ ਵਿੱਚ ਵੀ ਉਸ ਨੂੰ ਅਹਿਸਾਸ ਹੁੰਦਾ ਕਿ ਕੋਈ ਨਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੇ ਉਹਦੇ ਕਰਤਾਰ ਦੇ ਰੰਗ ਚ ਰੰਗਿਆ ਹੋਇਆ ਮੈਂ ਸੱਚ ਨੂੰ ਪ੍ਰਣਾਕ ਕੇ ਜਾ ਰਿਹਾ ਜਿਵੇਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਭੂ ਕੀ ਤਲਵੰਡੀ ਠਹਿਰੇ ਪਾਈ ਡੱਲੇਰਾਂ ਦੇ ਕੋਲ ਤੇ ਉਹ ਸਾਰੀ ਬਾਤ ਹੋਈ ਮਹਾਰਾਜ ਨੇ ਪ੍ਰੋਗਰਾਮ ਬਣਾਇਆ ਕਿ ਹੁਣ ਅੱਗੇ ਚੱਲਣਾ ਆ ਤੇ ਡੱਲੇ ਨੇ ਜਾਣ ਦੀ ਨਾਲ ਤਿਆਰੀ ਕਰੀ ਵੀ ਮਹਾਰਾਜ ਦੇ ਨਾਲ ਚੱਲਣਾ ਜਦੋਂ ਕਿਤੇ ਮਾਲਵਾ ਦੇਸ਼ ਨੰਘ ਕੇ ਤੇ ਰੇਗਿਸਤਾਨ ਦੇ ਇਲਾਕੇ ਰਾਜਸਥਾਨੀ ਇਲਾਕੇ ਚ ਅੱਗੇ ਵਧਣ ਲੱਗੇ ਤੇ ਪਿੱਛੇ ਮੁੜ ਕੇ ਦੇਖਦਾ ਤੇ ਮਹਾਰਾਜ ਅੰਦਾਜ਼ਾ ਲਾਉਂਦੇ ਵਿੱਚ ਆ ਡਲਿਆ ਤੇਰੀ ਇੱਥੇ ਜ਼ਮੀਨ ਜਾਇਦਾਦ ਆਰ ਪਰਿਵਾਰ ਤੈਨੂੰ ਇੱਥੇ ਨਗਰ ਦੇ ਵਿੱਚ ਜਿਹੜੀ ਸੋਭਾ ਸਭ ਮਿਲੀ ਹੈ ਲੱਗਦਾ ਉਹ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਕਸ਼ਿਸ਼ ਹੈ ਅੰਦਰ ਕਹਾਂਗਾ ਮਹਾਰਾਜ ਝੂਠ ਨਹੀਂ ਬੋਲਾਂਗਾ ਸੱਚ ਵਾਕਿਆ ਚਿਪ ਜਿਤ ਚਿਤ ਨਹੀਂ ਕਰਦਾ ਇੱਥੇ ਲੱਗਦਾ ਹੈ ਰਿਆਸਤ ਬਣੀ ਹੈ ਮौज ਬਣੀ ਹੈ ਪੂਰੇ ਦੀ ਪੂਰੀ ਕਾਦੇ ਲਈ ਐਵੇਂ ਜਾਣਾ ਆ ਤੇ ਬਲਕੇ ਮਹਾਰਾਜ ਤੁਸੀਂ ਵੀ ਗੱਲ ਮੰਨੋ ਤੇ ਕੋੜਾ ਮੋੜੋ ਵਾਪਸ ਉਹਦੀਆ ਇੱਥੇ ਮਹਿਲਾਂ ਚ ਵਸੇਬਾ ਮਿਲਿਆ ਉਸ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਡਲਿਆ ਇਹ ਸਫਰ ਆ ਇਹ ਸਫਰ ਕਿਤੇ ਲੁਕ ਛਿਪ ਕੇ ਕੱਟਣ ਵਾਸਤੇ ਨਹੀਂ ਇਹ ਕਰਤਾਰ ਦੀ ਕਾਇਨਾਤ ਦੇ ਵਿੱਚ ਉਦੇ ਹੁਕਮ ਦੀ ਪਾਲਣਾ ਵਾਸਤੇ ਉਹਦੇ ਹੁਕਮ ਨੂੰ ਸਾਹਮਣੇ ਸੰਭਾਲ ਕੇ ਲੋਕਾਂ ਤੱਕ ਵੰਡਣ ਵਾਸਤੇ ਡਿਊਟੀ ਆ ਉਹਦੀ ਹਨਾ ਇਤੇ ਪਰਮਪੁਰਖ ਦਾ ਦਾਸ ਆਇਆ ਜਿਹਦੇ ਵਾਸਤੇ ਸਾਰੇ ਤਮਾਸ਼ੇ ਦੀ ਤਰ੍ਹਾਂ ਚੱਲ ਰਹੀ ਹੈ ਚੀਜ਼ ਖੈਰ ਡੱਲਾ ਕਹਿੰਦਾ ਫਿਰ ਮਹਾਰਾਜ ਮੈਨੂੰ ਇਜਾਜ਼ਤ ਸਾਬ ਕਹਿੰਦੇ ਬਿਲਕੁਲ ਡੱਲਿਆ ਤੈਨੂੰ ਅਸੀਂ ਅਸੀਂ ਤੇ ਕਿਸੇ ਨੂੰ ਜ਼ਬਰਦਸਤੀ ਕਿਉਂ ਨਾਲ ਲੈ ਜਾਵਾਂਗੇ ਤੇਰਾ ਮਨ ਦੇ ਚ ਮਾੜਾ ਜਿਹਾ ਵੀ ਕਿਤੇ ਤੇਰਾ ਇੱਕ ਰੇਸ਼ਾ ਮਾਤਰ ਵੀ ਤੈਨੂੰ ਲੱਗਦਾ ਆ कि तू ਨਹੀਂ ਜਾਣਾ ਚਾਹੁੰਦਾ ਡੱਲਿਆ ਬਿਲਕੁਲ ਨਹੀਂ ਤੂੰ ਡੱਲਾ ਫਿਰ ਕਿਨ ਉੱਥੇ ਵਾਪਸ ਆਇਆ ਜਦੋਂ ਵਾਪਸ ਆਇਆ ਤੋਦੇ ਇਤਿਹਾਸ ਤਵਾਰਿਕੀ ਬੋਲਣੇ ਪੇ ਡੱਲਾ ਨ ਮੱਲਾ ਗੁਰੂ ਕੱਲਾ ਪੇ ਹੁਣ ਤੇ ਗੁਰੂ ਸਾਹਿਬ ਕੱਲਾ ਹੀ ਰਹਿ ਗਏ ਡੱਲਾ ਤੇ ਵਾਪਸ ਉਹ ਵੀ ਇੱਕ ਝੋਰਾ ਵੀ ਮੇਰਾ ਮੁਰਸ਼ਿਦ ਕਾਮਲ ਇਸ ਰੂਪ ਵਿੱਚ ਜਾ ਰਿਹਾ ਹੈ ਤੇ ਕਈ ਵਰੀ ਮੈਂ ਬਿਆਨ ਕਰਦਾ ਕਿ ਸੂਫੀਆਂ ਦੀਆਂ ਕਾਫੀਆਂ ਚ ਪੜੀ ਹੈ ਨਾ ਤੇ ਉਹ ਸੂਫੀ ਬੁੱਲੇ ਸ਼ਾਹ ਕੇ ਜਗਾ ਲਿਖਦਾ ਹੈ ਪੇ ਜਗ ਭੈੜਾ ਫਕਰਾਂ ਨੂੰ ਕੱਲੇ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਅੱਲਾ ਵਸਦਾ ਸੰਸਾਰ ਨੂੰ ਲੱਗਦਾ ਵੀ ਇਹ ਇੱਕ ਇਕੱਲੇ ਹੀ ਰਹਿ ਗਏ ਕਹਿੰਦੇ ਨਹੀਂ ਉਹ خدਾਈ ਨੂੰ ਸਮਰਪਤ ਹੈ ਤੇ ਜਿੱਥੇ خدਾਈ ਦੀ ਸਮਰਪਤ ਸਮਰਪਣਤਾ ਹੋਵੇ ਨਾ ਮਹਾਰਾਜ ਬਿਆਨ ਕਰਦੇ ਨਾ ਵੀ ਜੋ ਤੇਰੀ ਪੂਜਾ ਅਰਚਨਾ ਚ ਲੱਗ ਜਾਂਦੇ ਨੇ ਤិន ਪੂਜ ਕਰਾਵਾ ਉਹਨਾਂ ਦੀ జగਤ ਕੋਲੋਂ ਪੂਜਾ ਕਰਾ ਦਿੰਦਾ ਆਸਥਾ ਕਰਾ ਦਿੰਦਾ ਸੰਤ ਇਸ ਰੂਪ ਵਿੱਚ ਪੂਜੇ ਜਾਂਦੇ ਨੇ ਸੰਤ ਕੋਈ ਆਪਣੇ ਤੌਰ ਤੇ ਕੁਛ ਉਸ ਦਾਅਵੇ ਦੀ ਦਾਵੇਦਾਰੀ ਚ ਨਹੀਂ ਜਾਂਦੇ ਬਲਕਿ ਜਦੋਂ ਮਨੁੱਖਤਾ ਉਹਨਾਂ ਨੂੰ ਸੱਚ ਦੀ ਤਕੜੀ ਤੇ ਤੋਲ ਦੀ ਫਿਰ ਪਤਾ ਲੱਗਦਾ ਹਾਂ ਇਹਨਾਂ ਦਾ ਵਾਕਿਆ ਜੀ ਅਮਲ ਬੜਾ ਉੱਚਾ ਸੁੱਚਾ ਕਿਉਂਕਿ ਉਹ ਰੱਬ ਨੂੰ ਪਾਉਂਦੇ ਉਹ ਰੱਬ ਦੇ ਅਹਿਸਾਸ ਵਿੱਚ ਜਿੰਦੇ ਸੰਤ ਕਿ ਮਹਾਰਾਜ ਕਹਿੰਦੇ ਕਿ ਉਹ ਅਸਲ ਵਿੱਚ ਜਿਹੜਾ ਸੰਤ ਰੂਪ ਉਹ ਹਸਤੀ ਹੈ ਜਿਹੜੀ ਸੋਈ ਸੰਤ ਜੇ ਭਾਵੈ RAM ਜਿਹੜਾ ਉਹ ਰੱਬ ਦੇ ਅਹਿਸਾਸ ਵਿੱਚ ਜੀਵੇ ਉਹਨੂੰ ਪਾ ਜਾਵੇ ਸੰਤ ਗੋਬਿੰਦ ਕਾ ਇੱਕ ਕਾ ਕਾਮ ਤੇ ਸੰਤ ਤੇ ਗੋਬਿੰਦ ਦਾ ਕਹਿੰਦੇ ਕੰਮ ਵੀ ਇੱਕ ਹੀ ਰੱਬ ਦਾ ਕੰਮ ਉਹੀ ਸੰਤ ਦਾ ਕੰਮ ਆ ਰੱਬ ਦਾ ਕੰਮ ਨੋ ਡਾਊਟ ਰੱਬ ਪ੍ਰਤਿਪਾਲਕ ਹੈ ਰੱਬ ਸਭ ਦਾ ਰਖੀਅਕ ਹੈ ਰੱਬ ਸਭ ਦੀ ਜੀਵਨ ਦੇ ਹਿੰਦਿਆ ਪਰ ਰੱਬ ਦਾ ਕਾਰਜ ਜੇ ਵੀ ਹੈ ਕਿ ਧਰਤੀ ਦੇ ਉੱਤੇ ਇੱਕ ਪੂਰੇ ਦੇ ਪੂਰੇ ਪੜਾਅ ਅਦਲ ਬਦਲ ਦੇਣੇ ਸਾਰੇ ਦੇ ਸਾਰੇ ਜਿਵੇਂ ਅਸੀਂ ਸਾਖੀਆਂ ਪੜਦੇ ਹਾਂ ਗੁਰੂ ਨਾਨਕ ਮਹਾਰਾਜ ਜਦੋਂ ਪੀਰੇ ਬਗਦਾਦ ਦਸਤਗੀਰ ਨੂੰ ਮਿਲੇ ਨੇ ਜਿਸਨੇ ਮਹਾਰਾਜ ਨੂੰ ਬੜਾ ਸਤਿਕਾਰ ਦਿੱਤਾ ਬੜੀ ਰਿਸਪੈਕਟ ਕੀਤੀ ਗੁਰੂ ਬਾਬਾ ਜੀ ਨੂੰ ਆ ਵਾਪਕ ਨੂੰ ਲੈਣ ਵਾਸਤੇ ਆਇਆ ਮਹਾਰਾਜ ਦੀ ਸ਼ਾਨ ਵਿੱਚ ਉਸਨੇ ਬੜੇ ਚੰਗੇ ਚੰਗੇ ਲਫ਼ਜ਼ ਕਹੇ ਸਾਰੀ ਚੀਜ਼ ਹੋਈ ਫਿਰ ਜਿਵੇਂ ਬੈਠਣਾ ਹੋਇਆ ਤੇ ਉਸਨੇ ਰਾਈਟ ਵੇ ਆਪਣੇ ਸਵਾਲਾਂ ਦੀ 부ਛਾੜ ਗੁਰੂ ਮਹਾਰਾਜ ਤੇ ਕੀਤੀ ਉਹ ਉਡੀਕ ਤੇ ਸੇ ਕਰਕੇ ਰਿਹਾ ਸੀਗਾ ਕਿ ਰੂਹਾਨੀ ਰਾਹ ਦਾ ਪੰਦੀ ਸੀ ਤੇ ਰੋਹਾਨੀ ਰਾਤ ਦੇ ਵਿੱਚ ਜਿਸ ਕਿਸਮ ਦੇ ਖਿਆਲ ਵਿਚਨ ਸੋਚਾਂ ਅੰਦਰ ਉਮੜ ਰੀਆਂ ਸਿਗੀਆਂ ਉਹ ਸੋਚਾਂ ਨੂੰ ਸੋਚਾ ਗੁਰੂ ਨਾਨਕ ਮਹਾਰਾਜ ਵਿਰਾਮ ਦੇ ਦੇਣਗੇ ਮੀਨ ਇਹਨਾਂ ਕੋਲੋਂ ਪ੍ਰੋਪਰ ਆਨਸਰ ਮਿਲ ਸਕੇਗਾ ਜਦੋਂ ਮਹਾਰਾਜ ਨਾਲ ਬਾਤ ਪਉਂਦਾ ਤੇ ਮਹਾਰਾਜ ਨੂੰ ਫਿਰ ਕਹਿੰਦਾ ਹੈ ਕਿ ਗੱਲ ਇਹ ਹੈ ਸਤਗੁਰੂ ਨਾਨਕ ਸਾਹਿਬ ਖੁਦਾ ਇਕਿਆ ਅਸੀਂ ਵੀ ਪੜਿਆ ਅਸੀਂ ਵੀ ਇਸੇ ਚੀਜ਼ ਦਾ ਬਾਤ ਕਰਦੇ ਆ ਤੇ ਤੁਸੀਂ ਵੀ ਕਹਿੰਦੇ ਹੋ ਕਿ ਖੁਦਾ ਅਵਲਿਆ ਪਰ ਮੈਂ ਜਾਨਣਾ ਚਾਹੁੰਨਾ ਜਦੋਂ ਖੁਦਾ ਨਹੀਂ ਸੀ ਤੇ ਉਦੋਂ ਕੀ ਸੀਗਾ ਖੁਦਾ ਤੋਂ ਪਹਿਲਾਂ ਵੀ ਕੁਝ ਸੀ ਜਾਂ ਖੁਦਾ ਹੀ ਸਭ ਕੁਝ ਆ ਖੁਦਾ ਇੱਕ ਤੋਂ ਅਸੀਂ ਗੱਲ ਕਿਉਂ ਸ਼ੁਰੂ ਕਰਦੇ ਸੀ ਉਸ ਤੋਂ ਪਹਿਲਾਂ ਕਿਉਂ ਨਹੀਂ ਬਾਤ ਪਾਉਂਦੇ ਉਹਦੀ ਪਹਿਲੇ ਦੀ ਕੋਈ ਬਾਤ ਸੁਣਾਓ ਮੈਨੂੰ ਉਸ ਰੂਪ ਦੇ ਵਿੱਚ ਪਾਣੀ ਹਾਲਾਂਕਿ ਬਾਬਾ ਜੀ ਦਾ ਬਚਨ ਸੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਾਲ ਕਹਿੰਦੇ ਤ੍ਰਿਕਾਲੀ ਹੁੰਦਾ ਆ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਬਾਬਾ ਜੀ ਚੌ ਕਾਲੀ ਦੀ ਗੱਲ ਕਰਦੇ ਨੇ ਬਾਬਾ ਜੀ ਕਹਿੰਦੇ ਨੇ ਜਿੱਥੇ ਸਾਡੀ ਨਜ਼ਰ ਨਹੀਂ ਜਾਂਦੀ ਉੱਥੇ ਵੀ ਉਹ ਆਪ ਹੀ ਹੈ ਉਹ ਉਹ ਇੱਕ ਹੀ ਹੈ ਅਵਲ ਉਹ ਹੀ ਹੈ ਖੈਰ ਸਾਖੀ ਆਪਨੇ ਜ਼ਰੂਰ ਸੁਣੀ ਪੜੀ ਹੋਵੇਗੀ ਜ਼ਰੂਰ ਜਦੋਂ ਮਹਾਰਾਜ ਨਾਲੇ ਬਾਤ ਪਾਉਂਦਾ ਆ ਤੇ ਬਾਬਾ ਜੀ ਦਾ ਇੱਕ ਆਪਣਾ ਤਰੀਕਾ ਸੀ ਗੱਲ ਨੂੰ ਸਮਝਾਉਣ ਦਾ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸ਼ਬਦ ਪ੍ਰਮਾਨ ਨਾਲ ਸਮਝਾਈਆਂ ਜਾਂਦੀਆਂ ਨੇ ਦਲੀਲ ਦੇ ਕੇ ਤਰਕ ਨਾਲ ਲੌਜੀਕਲੀ ਰੈਸ਼ਨਲ ਵੇ ਦੇ ਨਾਲ ਤੁਸੀਂ ਇੱਕ ਗੱਲ ਕੀਤੀ ਉਹਦੇ ਉੱਤੇ ਦੋ ਤਰੀਕ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਤਰਕ ਦੇ ਰੂਪ ਦੇ ਵਿੱਚ ਰੈਸ਼ਨਲਾਈਜ਼ ਕਰਕੇ ਗੱਲ ਸਮਝਾ ਦਿੱਤੀ ਪਰ ਇਹ ਅਧਿਆਤਮਿਕ ਤਲ ਦੀ ਬਾਤ ਆ ਜੇ ਤੇ ਸਿਰਫ ਸ਼ਬਦ ਪ੍ਰਮਾਨ ਨਾਲ ਬਾਤ ਪਕੜੇ ਚਾਹੁੰਦੀ ਹੁੰਦੀ ਤੇ ਇਹ ਤੇ ਨਹੀਂ ਕਿ ਅਹ ਦਸਤਗੀਰ ਵਰਗਾ ਸੂਫੀ ਜਿਹੜਾ ਉਹ ਇੰਨਾ ਨਿਆਣਾ ਹੈ ਕਿ ਉਹਨੂੰ ਇਸ ਕਿਸਮ ਦੀ ਦਲੀਲ ਕਦੀ ਪਕੜੇ ਚ ਨਾ ਆਈ ਹੋਏ ਬਾਬਾ ਜੀ ਆਹ ਅਹਿਸਾਸ ਗਏ ਇਹਦੇ ਅੰਦਰ ਦੀ ਜਿਹੜੀ ਨਾ ਸਤਗੁਰ ਕੀ ਪ੍ਰਤੀਤਨਾ ਆਈ ਆ ਇਹ ਪ੍ਰਤੀਤ विश्वसनीयता कई बार टूटती है बंदे दी कई बार अंदर ही अपने उन को चीजें खांदियां ने महाराज कहंदे दी प्रतीत ਨੂੰ ਪਾਕਿਸਗੀ ਦੇਣੀ ਹੈ ਬਾਬਾ ਜੀ ਫਿਰ ਉੱਥੇ ਕਹਿੰਦੇ ਕਹਿੰਦੇ ਪੀਰ ਜੀ ਅਜੇ ਤੇ ਬੈਠੇ ਹੀ ਆ ਅਜੇ ਤੇ ਗੱਲ ਸ਼ੁਰੂ ਹੀ ਹੋਈ ਹੈ ਤੇ ਸਵਾਲਾਂ ਦੀ ਪੁਛਾੜ ਲਾ ਦਿੱਤੀ ਜੇ ਸੁਣਿਆ ਤੁਸੀਂ ਤੇ ਮਹਿਮਾਨ ਆਏ ਮਹਿਮਾਨ ਦੀ ਬੜੀ ਕਦਰ ਕਰਦੇ ਹੋ بڑے ਨਜ਼ਰਾਨੇ ਪੇਸ਼ ਕਰਦੇ ਹੋ ਮੈਂ ਇਹੋ ਜਿਹਾ ਕੁਸ਼ਤੇ ਦੇਖਿਆ ਹੀ ਨਹੀਂ ਅਰਬਾਂ ਬਾਰੇ ਤੇ ਬੜਾ ਸੁਣਿਆ ਸੀਗਾ ਕਿ ਬੜੇ ਮਹਿਮਾਨ ਨਵਾਜ਼ ਨੇ ਉਹ ਜੇ ਬਾਤ ਹੋਈ ਕਹਿਣ ਲੱਗਾ ਮਹਾਰਾਜ ਗੁਸਤਾਖੀ ਲਈ ਮਾਫੀ ਸੱਚ ਇਹ ਹੈ ਵਾਕਿਆ 'ਚ ਗਲਤੀ ਹੋਈ ਏ ਤੁਸੀਂ ਆਏ ਹੋ ਤੁਹਾਨੂੰ ਮਹਿਮਾਨ ਨਿਵਾਜ਼ੀ ਦੇ ਤੌਰ ਤੇ ਕੋਈ ਨਜ਼ਰਾਨਾ ਪੇਸ਼ ਵਾਕਿਆ 'ਚ ਹੀ ਨਹੀਂ ਕੀਤਾ ਅਸੀਂ ਵਕਤ ਆਪਣੇ ਸ਼ਾਗਿਰਦਾਂ ਨੂੰ ਆਵਾਜ਼ ਮਾਰਦਾ ਮੋਤੀਆਂ ਦਾ ਭਰ ਕੇ ਥਾਲ ਗੁਰੂ ਮਹਾਰਾਜ ਦੇ ਅੱਗੇ ਕਰ ਦਿੱਤਾ ਜਾਂਦਾ ਮਹਾਰਾਜ ਮੋਤੀਆਂ ਦੇ ਥਾਲ ਵੱਲ ਧਿਆਨ ਨਾਲ ਦੇਖਦੇ ਨੇ ਤੇ ਪੀਰ ਪੁੱਛਦਾ ਹੈ ਵੀ ਗੁਰੂ ਪਾਸ਼ਾ ਸਨਜ਼ਰਾਨੇ ਨੂੰ ਸਵੀਕਾਰੋ ਸਾਹਿਬ ਕਹਿੰਦੇ ਸਵੀਕਾਰ ਲੈਨੇ ਕੋਈ ਗੱਲ ਨਹੀਂ ਪੀਰ ਜੀ ਦੇਖੀਏ ਤੇ ਸਹੀ ਤੁਸੀਂ ਸਾਡੇ ਨਜ਼ਰਾਨੇ ਦਾ ਮੁੱਲ ਕੀ ਪਾਇਆ ਆ ਥਾਲ ਮਹਾਰਾਜ ਨੇ ਪੀਰ ਜੀ ਦੇ ਅੱਗੇ ਕਰ ਦਿੱਤਾ ਪੀਰ ਦਸਤਗੀਰ ਦੇ ਕਿਹਾ ਗਿਣੋ ਤੇ ਸਹੀ ਕਿੰਨੇ ਮੋਤੀ ਦਿੱਤੇ ਚ ਉਹਨਾਂ ਦੀ ਆਪਣੀ ਅਰਬੀ ਭਾਸ਼ਾ ਚ ਅਵਲਦੂਨ ਜਿਵੇਂ 1 2 3 4 ਕਹਿੰਨੇ ਆ ਇਸ ਤਰੀਕੇ ਨੇ ਗਿਣਤੀ ਕਰਨ ਲੱਗਾ ਮਹਾਰਾਜ ਕਹਿੰਦੇ ਜਦੋਂ ਜੇ 4-5 ਤੱਕ ਵੀ ਨਹੀਂ ਪਹੁੰਚਿਆ ਬਾਬਾ ਜੀ ਕਹਿੰਦੇ ਪੀਰ ਜੀ ਗਿਣਤੀ ਸਹੀ ਕਰੋ ਉਹਨੇ ਭਰੀ ਹੋਈ ਮੁੱਠ ਜੋ ਸੀ ਮੋਤੀਆਂ ਦੀ ਥਾਲ ਚ ਵਾਪਸ ਰੱਖ ਦਿੱਤੀ ਦੁਬਾਰਾ ਫਿਰ ਚੁਣਨ ਲੱਗਾ ਉਹ ਅਵਲਦੂਨ ਉਸ ਰੂਪ ਦੇ ਵਿੱਚ ਫਿਰ ਮਹਾਰਾਜ ਨੇ ਕਿਹਾ ਪੀਰ ਜੀ ਕੀ ਕਰ ਰਹੇ ਹੋ ਗਲਤੀ ਗਿਣਤੀ ਦੇ ਸਹੀ ਕਰੋ ਨਾ ਜਦੋਂ ਤੀਸਰੀ ਵਾਰ ਐਵੇਂ ਹੋਇਆ ਸਾਰੇ ਮੋਤੀ ਥਾਲ ਚ ਰੱਖ ਦਿੱਤੇ ਗੱਲ ਲਗਾ ਬਾਦਸ਼ਾਹ ਲੱਗਦਾ ਆ ਤੁਹਾਡੇ دیدار ਕਰਕੇ ਸੁਰਤ ਟਿਕਾਣੇ ਨਹੀਂ ਰਹੀ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਗਲਤੀ ਕਿੱਥੇ ਹੋ ਰਹੀ ਹੈ ਤਰਸ ਕਰੋਗੇ ਜਿੱਥੇ ਗਲਤੀ ਹੋਏ ਉੱਥੇ ਰੁਕਿਓ ਜੇ ਤਾਂ ਕਿ ਮੈਂ ਸਹੀ ਕਰ ਸਕਾਂ ਮਹਾਰਾਜ ਕਹਿੰਦੇ ਠੀਕ ਹੈ ਪੀਰ ਜੀ ਉਹ ਜਿਵੇਂ ਉਹਨੇ ਕਿਹਾ ਨਾ ਅਵਲ ਪਹਿਲਾ ਚੱਕਿਆ ਮਹਾਰਾਜ ਕਹਿੰਦੇ ਗਲਤੀ ਹੋ ਗਈ ਕਹਿਣ ਲੱਗੇ ਜੇ ਤੇ ਪਹਿਲਾ ਹੀ ਚੱਕਿਆ ਅਵਲ ਹੀ ਕਹੇਦੇ ਕਿ ਕਿ ਚੱਕਿਆ ਮਹਾਰਾਜ ਕਹਿੰਦੇ ਗਲਤੀ ਹੈ ਗਿਣਤੀਇਤ ਤੋਂ ਕਿਉਂ ਸ਼ੁਰੂ ਕਰਦੇ ਹੋ ਗਿਣਤੀ ਉਸ ਤੋਂ ਪਹਿਲਾਂ ਸ਼ੁਰੂ ਕਰੋ ਕਿ ਗਿਣਤੀ ਉਸ ਤੋਂ ਪਹਿਲਾਂ ਸ਼ੁਰੂ ਨਹੀਂ ਹੁੰਦੀ ਕਹਿਣ ਲੱਗਾ ਜੀ ਹਾਂ ਕਿਆ ਤੇ ਜਾਂਦਾ ਹੈ ਕਿ ਸਫਰ ਜ਼ੀਰੋ ਇਹੀ ਅਸਲ ਵਿੱਚ ਸ਼ੁਰੂਆਤ ਆ ਤੇ ਅਬ ਜੀ ਕਹਿੰਦੇ ਕਿਉਂ ਨਹੀਂ ਕਰਦੇ ਕਹਿਣ ਲੱਗਾ ਜੀ ਹੋ ਨਹੀਂ ਸਕਦੀ ਸਾਹਿਬ ਕਹਿੰਦੇ ਬਸ ਆਹੀ ਗੱਲ ਆ ਅਵਲ ਹੀ ਅਲਾਹੀ ਹੈ ਕਿੱਥੋਂ ਕਰਾਂਗੇ ਜਿੱਥੇ ਉਸਨੇ ਸੋਝੀ ਦਿੱਤੀ ਜਿਸਨੇ ਉਸਨੇ ਕਾਲ ਦਾ ਰੂਪ ਵਟਾਇਆ ਜਿਸਨੇ ਉਸਨੇ ਕੁਦਰਤ ਦਾ ਮੰਜ਼ਰੇ ਆਮ ਕੀਤਾ ਤਾਂ ਹੀ ਤਾਂ ਅਸੀਂ ਬਾਤ ਕਰਾਂਗੇ ਨਹੀਂ ਤੇ ਨਾ ਤੁਸੀਂ ਹੋਵੋਗੇ ਨਾ ਮੈਂ ਹੋਵਾਂਗੇ ਅਰਬਦ ਨਰਬਤ ਧੁੰਦੂਕਾਰਾ ਪੀਰ ਕਹਿੰਦਾ ਹਾਂ ਨਾਨਕ ਗੁਰੂ ਨਾਨਕ ਸਾਹਿਬ ਬੜਾ ਤਰਸ ਕੀਤਾ ਜੇ ਬਾਤ ਪਕੜੇ ਚਾਈ ਹੈ ਕੁਝ ਹੋਰ ਸਵਾਲ ਪੁੱਛੇ ਉਹਨਾਂ ਤੇ ਇੱਕ ਸਵਾਲੇ ਵੀ ਸੀਗਾ ਅੱਛਾ ਹੈ ਉਹ ਅਵਲ ਹੈ ਇਲਾਹੀ ਪਰ ਨਾਨਕ ਸਾਹਿਬ ਤਿਸ ਤਾ बस आ ही एक चीज जो दिसदा नहीं हरकारो दिसदा क्यों नहीं गा जे है ते वखाओ बिखे यही ते सब तो बडी ਸਾਡੀ वेदना ਆ ਉਥੇ ਕਹਿੰਦੇ ਨੇ ਬਾਬਾ ਜੀ ਫਿਰ ਅਹਿਸਾਸ ਆ ਕਿਸਮ ਇੱਕ ਦੂਸਰਾ ਪ੍ਰਮਾਨ ਦਿੱਤਾ ਜਾਏ ਮਹਾਰਾਜ ਨੇ ਕਿਹਾ پیر ਦੀ ਨਜ਼ਰਾਨਾ ਤੇ ਠੀਕ ਸੀ ਪਰ ਨਜ਼ਰਾਨੇ ਤੇ ਵੇਖਣ ਦੇਖਣ ਜੋਗੇ ਹੁੰਦੇ ਨੇ ਵੀ ਗੱਲ ਇਹ ਬੰਦੇ ਦੀ ਲੋੜ ਤੇ ਖੂਡ ਹੁੰਦੀ ਅਸਲ ਦੇਚ ਕੋਈ ਖੁਰਾਕ ਵਗੈਰਾ ਕੋਈ ਛਕਣ ਛਕਾਣ ਦਾ ਕੋਈ ਇੰਤਜ਼ਾਮ ਹੀ ਨਹੀਂ ਕੀਤਾ ਤੁਸੀਂ ਗੱਲਾਂ ਬਾਤਾਂ ਜੀ ਸਾਰ ਰਹੇ ਹੋ ਸਾਰਾ ਕੁਝ ਉਹ ਕਹਿੰਦਾ ਹਾਂ ਹਾਂ ਮਾਫੀ ਚਾਹਾਂਗਾ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਮੈਂ ਤੇ ਧਿਆਨ ਹੀ ਨਹੀਂ ਗਿਆ ਇਸ ਪਾਸੇ ਉਸ ਵਕਤ ਆਵਾਜ਼ ਦਿੱਤੀ ਦੁੱਧ ਦੇ ਕਹਿੰਦੇ ਨੇ ਵੱਡੇ ਜਿਹੜੇ ਨੇ ਛੰਨੇ ਭਰ ਕੇ ਆ ਗਏ ਮਹਾਰਾਜ ਦੇਗੇ ਪੇਸ਼ ਕੀਤੇ ਗਏ ਦੁਜਿਆਂ ਨੂੰ ਵੀ ਦਿੱਤਾ ਗਿਆ ਮਹਾਰਾਜ ਦੁੱਧ ਨੂੰ ਉਹ ਕਹਿੰਦਾ ਵੀ ਪੇ ਗੁਰੂ ਪਾਤਸ਼ਾਹ ਬਿਸਮਿਲ੍ਲਾ ਕਰੋ ਮਤਲਬ ਇਸ ਨੂੰ ਤੁਸੀਂ ਸ਼ੁਰੂਆਤ ਕਰੋ ਇਹਦੀ ਉਸ ਰੂਪ ਵਿੱਚ ਜਿਵੇਂ ਉਹਨਾਂ ਚ ਹੁੰਦਾ ਹੈ ਮਹਾਰਾਜ ਕਹਿੰਦੇ ਪੀਰ ਜੀ ਪੀ ਤੇ ਲਵਾਂਗੇ ਛੱਕ ਤੇ ਲਵਾਂਗੇ ਕੋਈ ਐਸੀ ਗੱਲ ਨਹੀਂ ਹੈ ਪਰ ਗੱਲ ਇਹ ਹੈ ਵੀ ਇਹਦੇ ਚ ਕੁਝ ਹੈ ਉਹ ਪੀਰ ਥੋੜਾ ਡਰਿਆ ਵੀ ਹੋ ਸਕਦਾ ਮੇਰੇ ਸ਼ਗਿਰਦਾ ਨੇ ਕੁਝ ਪਾ ਹੀ ਨਾ ਦਿੱਤਾ ਹੋਵੇ ਇਹਦੇ ਚ ਉਹ ਫਿਰ ਬੜੇ ਧਿਆਨ ਨਾਲ ਦੇਖਦਾ ਇਸ ਤਰੀਕੇ ਨਾਲ ਕਹਿੰਦਾ ਮਹਾਰਾਜ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਮੈਨੂੰ ਲੱਗਦਾ ਹੈ ਭਲੇਖਾ ਪਿਆ ਹੋਣਾ ਹੈ ਕੁਝ ਨਹੀਂ ਫਿਰ ਬਾਟਾ ਮਹਾਰਾਜ ਮਹਾਰਾਜ ਕਹਿੰਦੇ ਨਹੀਂ ਪੀਰ ਜੀ ਐਵੇਂ ਨਹੀਂ ਕੁਸ਼ਤੇ ਹੈ ਉਹਨੇ ਕਹਿੰਦੇ ਠੀਕ ਆ ਇੱਕ ਹੋਰ ਛੰਨਾ ਮੰਗਾਇਆ ਉਸ ਛੰਨੇ ਦਾ ਦੁੱਸ ਉਸ ਛੰਨੇ ਚ ਬਿਲਕੁਲ ਆ ਪਣਕੇ ਜਿਵੇਂ ਪਾਈ ਦਾ ਪਾ ਦਿੱਤਾ ਕਹਿੰਨ ਲੱਗੇ ਜੀ ਤੁਹਾਡੇ ਸਾਹਮਣੇ ਪੜਨ ਦਿੱਤਾ ਕੁਛ ਨਹੀਂ ਇਹਦੇ ਵਿੱਚ ਜੇ ਤੁਸੀਂ ਕਹੋ ਤੇ ਮੈਂ ਥੋੜਾ ਇਸ ਨੂੰ ਜਿਵੇਂ ਹੁੰਦਾ ਕਿ ਵੱਖਰੇ ਬਰਤਨ ਚ ਪਾ ਕੇ ਮੈਂ ਟੈਸਟ ਕਰ ਦੇਣਾ ਤੁਹਾਡੇ ਸਾਹਮਣੇ ਪੀ ਵੀ ਲੈਣਾ ਸਭ ਕਹਿੰਦੇ ਨਹੀਂ ਨਹੀਂ ਉਸ ਤਰ੍ਹਾਂ ਦਾ ਨਹੀਂ ਪਰ ਕੁਸ਼ਤੇ ਮੈਨੂੰ ਦਿਸ ਰਿਹਾ ਇਹਦੇ ਚ ਹੈ ਕਹਿਣ ਲੱਗੇ ਜੀ ਮੈਨੂੰ ਨਹੀਂ ਪਤਾ ਲੱਗ ਰਿਹਾ ਜੇ ਕੁਝ ਤੁਹਾਨੂੰ ਦਿਸਦਾ ਤੇ ਜਰੂਰ ਮੈਨੂੰ ਦੱਸੋ ਸਾਬ ਕਹਿੰਦੇ ਪੀਰ ਜੀ ਇਹਦੇ 'ਚ ਘਿਓ ਨਹੀਂ ਹੈ ਮੁਸਕਰਾ ਕੇ ਕਹਿਣ ਲੱਗਾ ਹਾਂ ਗੁਰੂ ਸਾਹਿਬ ਮੈਂ ਸੋਚਿਆ ਪਤਾ ਨਹੀਂ ਕਿਹੜੀ ਗੱਲ ਕਰ ਰਹੇ ਘਿਓ ਤੇ ਹੈ ਇਹਦੇ 'ਚ ਦੁੱਧ ਹੈ ਘਿਓ ਤੇ ਹੋਇਆ ਗਿਆ ਤੇ 'ਚ ਘਿਓ ਤੇ ਹੈ ਸਾਬ ਕਹਿੰਦੇ ਪੀਰ ਜੀ ਦਿਸ ਗਿਆ ਤੁਹਾਨੂੰ ਕਹਿਣ ਲੱਗੇ ਜੀ ਐਵੇਂ ਤੇ ਨਹੀਂ ਦਿਸੇਗਾ ਆਖਰਕਾਰ ਘਿਓ ਤੇ ਬੜੀ ਸੰਜਮ ਨਾਲ ਹੀ ਦਿਸੇਗਾ ਨਾ ਉਹਨੂੰ ਗਰਮ ਕਰਾਂਗੇ ਠੰਡਾ ਕਰਾਂਗੇ ਜਮਾਵਾਂਗੇ ਰਿੜਕਾਂਗੇ ਫਿਰ ਉਹ ਘਿਓ ਦਿਸਾਵੇਗਾ ਨਿਕਲ ਆਵੇਗਾ ਬਾਬਾ ਜੀ ਕਹਿੰਦੇ ਬਸ ਪੀਰ ਜੀ ਹੀ ਜਵਾਬ ਹੈ ਤੇਰਾ ਹੈ ਇੱਥੇ ਹੀ ਹੈ ਜਿਹਨੂੰ ਮਹਾਰਾਜ ਨੇ ਕਿਹਾ ਸੀ ਨਾ ਕਿ ਜਿਹੜਾ ਸਾਰੀ ਜਿਹੜੀ ਬਨਸਪਤੀ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਕੀਆ ਜਿੰਨਾ ਦੁੱਧ ਦੁੱਧ ਚ ਕਿਉ ਜਿਵੇਂ ਉਸ ਰੂਪ ਵਿੱਚ ਪਿਆ ਹੈ ਐਵੇਂ ਹੀ ਕਰਤਾਰ ਪਿਆ ਹੈ ਉਹ ਘਟਕਟ ਮਦ ਉਹ ਜੀ ਐਵੇਂ ਹੀ ਹੈਗਾ ਸਰੂਪ ਦੇ ਵਿੱਚ ਪਰ ਸੰਜਮ ਨਾਲ ਪ੍ਰਗਟ ਹੋਏਗਾ ਉੱਥੇ ਫਿਰ ਪੀਰ ਨੇ ਕਿਹਾ ਸੀਗਾ ਕੈਨ ਲੱਗਦੀ ਬਾਤ ਸਪਸ਼ਟ ਹੋ ਗਈ ਸਾਖਸ਼ਾਤ ਹੋ ਗਈ ਬਸ ਇੱਕ ਆਖਰੀ ਸਵਾਲ ਦਾ ਵੀ ਹੱਲ ਕਰ ਦਿਓ ਮਹਾਰਾਜ ਕਹਿੰਦੇ ਕੀ ਕੈਨ ਲੱਗ ਜੂ ਹੈ ਹੈ ਵੀ ਆਵਲ ਦਿਸਦਾਨੀ ਸੰਜਮਨਲ ਦਿਸ ਆਉਂਦਾ ਪਰ ਇੰਨਾ ਕ ਪੁੱਛਾਂਗਾ ਇੰਨਾ ਸਾਰੇ ਇਜ਼ਹਾਰ ਵਿੱਚ ਹੋਣ ਦੇ ਬਾਵਜੂਦ ਵੀ ਲੁਕ ਕੇ ਰੂਪ ਵਰਤਰੇ ਹੋਣ ਦੇ ਰੂਪ ਵਿੱਚ ਵੀ ਇਹ ਨਹੀਂ ਪਤਾ ਲੱਗਦਾ ਕੋਈ ਕਾਰਜ ਕੀ ਆ ਉਹਦਾ ਕਰਦਾ ਕੀ ਆ ਉਹ ਇੱਥੇ ਫਿਰ ਗੁਰੂ ਨਾਨਕ ਮਹਾਰਾਜ ਨੇ ਕਿਹਾ ਇਹ ਪੀਰ ਜੀ ਗੱਲ ਇਹ ਐ ਕਿ ਸਵਾਲ ਏਡੇ ਏਡੇ ਵੱਡੇ ਪੁੱਛ ਰਹੇ ਹੋ ਤੇ ਆਪ ਆਪਣੇ ਆਸਣ ਤੇ ਬੈਠਿਓ ਸਾਨੂੰ ਮਹਿਮਾਨ ਦੀ ਕੁਰਸੀ ਤੇ ਬਿਠਾਇਆ ਆਖਰਕਾਰ ਵੱਡੇ ਪੀਰ ਤੇ ਤੁਸੀਂ ਬਣ ਕੇ ਬੈਠਿਓ ਸਵਾਲ ਸਾਨੂੰ ਪੁੱਛੀ ਜਾਂਦੇ ਹੋ ਇੱਕਦਮ ਉੱਠ ਕੇ ਖੜੇ ਹੋ ਗਏ ਕਹਿਣ ਲੱਗੇ ਸਤਿਗੁਰੂ ਸਾਹਿਬ ਗਲਤੀ ਹੋ ਗਈ ਤੁਸੀਂ ਆਸਣ ਤੇ ਬੈਠੋ ਮੈਂ ਤਾਂ ਤੁਹਾਨੂੰ ਬਿਠਾਉਣਾ ਸੀ ਵੱਡੇ ਆਸਣ ਤੇ ਬਿਠਾ ਦਿੱਤਾ ਮਹਾਰਾਜ ਬੈਠੇ ਚੌਂਕੜਾ ਮਾਰ ਕੇ ਸਮਾਧੀ ਆਸੀਨ ਹੋ ਗਏ ਖੜਾ ਰਿਆ ਦੋ ਚਾਰ ਪਲ ਸੋਚਿਆ ਮਹਾਰਾਜ ਸਮਾਧੀ ਚ ਕੁਝ ਅੰਦਰ ਕਰ ਰਹੇ ਹੋਣੇ ਨੇ ਕੋਈ ਮੈਡੀਟੇਸ਼ਨ ਵਗੈਰਾ ਕਿਸੇ ਰੂਪ ਵਿੱਚ ਮੁੜ ਕੇ ਜਿਹੜਾ ਹੈਗਾ ਆਨਸਰ ਕਰਨਗੇ ਜਵਾਬ ਦੇਣਗੇ ਕਾਫੀ देर ਹੋ ਗਈ ਤੇ ਮਹਾਰਾਜ ਵੱਲੋਂ ਜਵਾਬ ਨਹੀਂ ਆਇਆ ਤੇ ਫਿਰ ਪੁੱਛਿਆ ਮਹਾਰਾਜ ਉਸ ਸਵਾਲ ਪੁੱਛਿਆ ਸੀਗਾ ਸਾਹਿਬ ਕਹਿੰਦੇ ਪੀਰ ਜੀ ਸਮਝ ਨਹੀਂ ਅਜੇ ਤੱਕ ਕਹਿਣ ਲੱਗੇ ਜੀ ਜਵਾਬ ਵਾਕਿਆ ਚ ਗੁਰੂ ਸਾਹਿਬ ਪਕੜ ਚ ਨਹੀਂ ਆਇਆ ਕੀ ਬਾਤ ਆ ਸਾਹਿਬ ਕਹਿੰਦੇ ਬਸ ਆਹੀ ਕੰਮ ਹੈ ਰੱਬ ਦਾ ਜਿਹੜਾ ਆਸਣ ਤੇ ਬਿਠਾ ਬੈਠਾ ਹੈ ਉਹਨੂੰ ਲਾ ਦਿੰਦਾ ਜਿਹੜਾ ਥੱਲੇ ਬੈਠਨ ਨੂੰ ਆਸਣ ਤੇ ਬਿਠਾ ਦਿੰਦਾ ਇਹ ਕਾਰਜ ਰੱਬ ਦਾ ਹੈ ਇਹ ਜਿਹੜੀ ਪੂਰੀ ਕਾਇਨਾਤ ਦੀ ਤਬਦੀਲੀ ਹੈ ਨਾ ਮਤਲਬ ਸਿਨੂ ਸਾਹਿਬ ਨੇ ਕਿਹਾ ਕਿ ਰੀਤੇ ਭਰੇ ਭਰੇ ਸਖਨਾਵੈ ਜਿਹੜੇ ਸਖਣੇ ਨੇ ਭਰ ਦਿੰਦਾ ਜਿਹੜੇ ਭਰੇ ਨੂੰ ਖਾਲੀ ਕਰ ਦਿੰਦਾ ਇਹ ਉਹਦੀ ਕਾਰਜਸ਼ੀਲਤਾ ਹੈ ਸੰਤ ਬਿਰਤੀ ਵੀ ਐਸੀ ਹੈ ਲੁਕਾਈ ਦੇ ਅੰਦਰ ਜਦੋਂ ਕਿਤੇ ਕੋਈ ਨਿਸ਼ਚਾ ਵਿਸ਼ਵਾਸ ਟੁੱਟਦਾ ਤੇ ਲੱਗਦਾ ਕੁਝ ਨਹੀਂ ਬਣੇਗਾ ਐਸੀ ਬਿਰਤੀ ਵਾਲੀ ਰੂਹਾਂ ਉਹ ਫਿਰ ਉਸਤਾਦ ਉਹਦਾ ਹੱਥ ਫੜਦੀਆਂ ਉਹਨੂੰ ਦੱਸਦੀਆਂ ਕਬਰਾਂ ਨਾ ਅਕਾਲ ਪੁਰਖ ਵਹਿਗੁਰੂ ਗੁਣਾਂ ਦੇ ਮਜੱਸਮ ਦੇ ਵਿੱਚ ਹੀ ਆਪਣੇ ਜੀਵਨ ਚ ਗੁਣ ਵਿਧਾ ਕਾਬਲੀਅਤ ਵਧਾ ਜੋ ਚਾਹੇਗਾ ਉਹ ਮਿਲ ਜਾਏਗਾ ਇਹੀ ਰੱਬ ਦਾ ਰੰਗ ਆ ਇਹੀ ਰੱਬ ਦਾ ਰੂਪ ਆ ਇਹ ਕੁਦਰਤ ਦੇ ਨਿਯਮ ਨੂੰ ਸਮਝਾਉਂਦੇ ਇਹ ਸੰਤ ਲੋਕ ਨੇ ਇੱਥੇ ਸਾਬ ਨੇ ਬਿਆਦ ਬਿਆਨ ਕੀਤਾ ਮਹਾਰਾਜ ਕਹਿੰਦੇ ਕਿ ਸੋਈ ਸੰਤ ਜੇ ਭਾਵੈ RAM ਸੰਤ ਗੋਬਿੰਦ ਕਾ ਏਕੈ ਕਾਮ ਉਹਨਾਂ ਦਾ ਕੰਮ ਇੱਕੋ ਹੀ ਹੈ। ਇਹੀ ਕਾਰਜ ਹੈ ਉਹਨਾਂ ਦਾ। ਕਰਤਾਰੀ ਕੁਦਰਤ ਨੂੰ ਨਿਯਮ ਵਿਖਾਉਣਾ। ਇਸ ਤਰ੍ਹਾਂ ਜਾਣੋ ਇਹ ਧਰਤੀ ਧਰਮ ਤੇ ਖੜੀ ਹੈ। ਧਰਮ ਦੀ ਤੁਜਾ ਦੇ ਵਿੱਚ ਬੰਦਾ ਰਹੇਗਾ ਜੀਵਨ ਚੜ੍ਹਦੀ ਕਲਾ 'ਚ। ਜਿੱਥੇ ਧਰਮ ਟੁੱਟੇਗਾ ਜੀਵਨ ਬਰਬਾਦੀ ਦੇ ਰਾਹ ਪਏਗਾ। ਸਾਡੀ ਦੁਨੀਆ 'ਚ ਹੁੰਦਾ ਅਸੀਂ ਬੜੇ ਇੰਪਲਸਿਵ ਹੁੰਨੇ ਆ। ਫਿਰ ਸੁਪੋਜ਼ ਕਰੋ ਫਸਲ ਵੀ ਬੀਜੀ ਐ ਜ਼ਮੀਨੀ ਤੌਰ ਤੇ ਕੋ ਅਨਾਜ ਬੀਜ ਬੀਜਿਆ ਆ ਉਸ ਨੂੰ ਉੱਗਣ ਤੇ ਪੱਕਣ ਤੇ ਕੋ 6 ਮਹੀਨੇ ਲੱਗਦੇ ਨੇ ਜਿਹੜੀ ਕਰਮਾਂ ਦੀ ਫਸਲ ਆ ਇਹ ਤੇ ਬੰਦਾ ਬੀਜਦਾ ਵੀ ਬੜੀ ਲਮੇਰੀ ਐ ਤੇ ਵੱਢਦਾ ਵੀ ਬੜੀ ਲਮੇਰੀ ਐ ਇਸ ਤਰ੍ਹਾਂ ਨਹੀਂ ਹੈਗਾ ਤੇ ਜਨਰੇਸ਼ਨ ਬਾਏ ਜਨਰੇਸ਼ਨ ਬੀਜੀਆਂ ਜਾਂਦੀਆਂ ਨੇ ਜਨਰੇਸ਼ਨ ਬਾਏ ਜਨਰੇਸ਼ਨ ਵੱਡੀਆਂ ਜਾਂਦੀਆਂ ਨੇ ਸੋ ਇਹ ਰੂਪ ਆ ਜਿਹੋ ਜਿਹੇ ਬੀਜੇਗਾ ਉਹੋ ਜਿਹੇ ਵੱਡੇਗਾ ਤੇ ਲਗਾਤਾਰ ਇਹ ਚੀਜ਼ਾਂ ਕੁਦਰਤ ਚਲਾਉਂਦੀ ਐ ਗੁਰੂ ਮਹਾਰਾਜ ਕਹਿੰਦੇ ਸੰਤ ਬਿਰਤੀ ਲੋਕ ਸਾਨੂੰ ਫਿਰ ਇਹ ਚੀਜ਼ ਸਮਝਾ ਦਿੰਦੇ ਨੇ ਸ਼ੁਰੂਆਤੀ ਪਦਾ ਇਸ ਪਾਵਨ ਸ਼ਬਦ ਦਾ ਜਿੱਦੇ ਵਿੱਚ ਮਹਾਰਾਜ ਬਿਆਨ ਕਰਦੇ ਨੇ ਸੰਤ ਕਾ ਲੀਆ ਤਰਤ ਬਿਦਾਰੋ ਤਰਤ ਬਿਦਾਰ ਹੁੰਦਾ ਡੀ ਰੂਟ ਕਰਨਾ ਧਰਤੀ ਤੋਂ ਜੜ ਪੱਟ ਦੇਣੀ ਹੈ ਸਰੂਪ ਦੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਣ ਅਸੀਂ ਥੋੜੇ ਦਿਨਾਂ ਤੱਕ ਤਵਾਰਿਕੀ ਇਤਿਹਾਸ ਪੜ੍ਹਨਾ ਹੈ ਜਿੱਦੇ ਵਿੱਚ ਮਹਾਰਾਜ ਫਿਰ ਉਹ ਕਾਈ ਦਾ ਬੂਟਾ ਪਟਦੇ ਨੇ ਜਦੋਂ ਨੂਰਾ ਮਾਹੀ ਉਹ ਸਾਰਾ ਸੰਦੇਸ਼ ਲੈ ਕੇ ਆਉਂਦਾ ਨਾ ਮਹਾਰਾਜ ਜਦੋਂ ਸੁਣਾ ਰਿਹਾ ਹੁੰਦਾ ਤੇ ਤੀਰ ਦੇ ਨਾਲ ਕਾਈ ਦੇ ਬੂਟੇ ਦੀ ਮਿੱਟੀ ਹਟਾ ਰਹੇ ਹੁੰਦੇ ਨੇ ਤੇ ਜਦੋਂ ਸਾਰੀ ਉਹ ਦਾਸਤਾਨ ਪੂਰੀ ਕਰ ਦਿੰਦਾ ਤੇ ਮਹਾਰਾਜ ਉਹ ਕਾਈ ਦੇ ਬੂਟਾ ਇਸ ਤਰੀਕੇ ਨਾਲ ਚੱਕ ਕੇ ਕਹਿੰਦੇ ਨੇ ਕਿ ਜੜ ਪੱਟੀ ਗਈ ਹੈ ਇਹ ਰਿਐਲਿਟੀ ਹੈ ਜਿੱਥੇ ਕਿਤੇ ਕੋਈ ਜ਼ੁਲਮ ਤੇ ਜ਼ੁਲਮ ਕਰਨ ਵਾਲਾ ਜ਼ਾਲਮ ਹੋਏਗਾ ਸੰਤ ਬਿਰਤੀ ਉੱਥੇ ਪ੍ਰਗਟ ਹੋਏਗੀ ਤੇ ਉਹ ਫਿਰ ਉਹ ਜੜ ਪਟ ਦੇਗੀ ਉਹਦੇ ਉਸ ਉਹਦੀ ਹੋਂਦ ਹੀ ਮੁੱਕ ਜਾਏਗੀ ਉਸ ਰੂਪ ਦੇ ਵਿੱਚ ਜਿੱਥੇ ਮਹਾਰਾਜ ਬਿਆਨ ਕਰਦੇ ਸੰਤ ਕਾ ਲੀਆ ਤਰਤ ਬਿਦਾਰੋਂ ਜਿੱਥੇ ਜਿਸ ਚੀਜ਼ ਨੂੰ ਸੰਤ ਹੱਥ ਪਾਉਂਦਾ ਉਹਦੀ ਜੜ ਪੁੱਟ ਕੇ ਰੱਖ ਦਿੰਦਾ ਉਹਨੂੰ ਬਿਲਕੁਲ ਜਿਹੜਾ ਹੈ ਜੜੋਂ ਉਖੇੜ ਦਿੰਦਾ ਉਸ ਰੂਪ ਦੇ ਵਿੱਚ ਸੰਤ ਕਾ ਨਿੰਦਕ ਆਕਾਸ ਤੇ ਟਾਰੋਂ ਆਕਾਸ ਤੇ ਟਾਰੋਂ ਚੜੇ ਆਕਾਸ ਉਹਨੂੰ ਜ਼ਮੀਨ ਤੇ ਆ ਲਿਆਉਂਦਾ ਜ਼ਮੀਨ ਤੇ ਲਿਆ ਸੱਟਦਾ ਬੰਦੇ ਦੀ ਪਾਇਆਂ ਆ ਕਿ ਪੈਰ ਛੱਡ ਜਾਂਦਾ ਬੜੀ ਛੇਤੀ ਇਸ ਤਰ੍ਹਾਂ ਜਾਣ ਅਸੀਂ ਸਾਰਿਆਂ ਨੇ ਪਲੇਨਸ ਸਟ੍ਰੈਵਲ ਕੀਤਾ ਆ ਅਸਮਾਨੀ ਟ੍ਰੈਵਲ ਕੀਤਾ ਆ ਆਪ ਦੇਖੋਗੇ ਬੜਾ ਮਤਲਬ ਵਧੀਆ ਤਰੀਕੇ ਨਾਲ ਸਫਰ ਹੋ ਰਿਹਾ ਆ ਆਰਾਮ ਦੇ ਨਾਲ ਇੱਕਦਮ ਵੱਡੇ ਤੋਂ ਵੱਡੇ ਜਹਾਜ਼ ਹਿਲ ਜਾਂਦੇ ਆ ਟਰਬੂਲੈਂਸ ਇਹ ਹਵਾ ਹੀ ਚੀ ਸਭ ਕੁਝ ਹਾਂ ਚਲੋ ਤੇ ਐਵੀਏਸ਼ਨ ਸਿਸਟਮ ਨੂੰ ਸਮਝਣ ਵਾਲੇ ਉਹ ਬੜੇ ਤਰੀਕੇ ਨਾਲ ਚਲਾਉਂਦੇ ਸਭ ਚੀਜ਼ਾਂ ਨੂੰ ਸਾਡੀ ਵੀ ਸੰਸਾਰੀ ਦੁਨੀਆ ਦੇ ਵਿੱਚ ਐਸੇ ਆ ਵੱਡਿਆਂ ਵੱਡਿਆਂ ਨੇ ਗੁੱਡੀਆਂ ਚੜ੍ਹਦੀਆਂ ਜਿੱਥੇ ਮੜੀ ਜੀ ਟਰਬਲੈਂਸ ਹੁੰਦੀ ਅਸਮਾਨਾਂ ਤੋਂ ਉੱਡਣ ਵਾਲੇ ਜ਼ਮੀਨ ਤੇ ਆ ਡਿੱਗਦੇ ਇਸ ਕਰਕੇ ਕਿਆ ਆਪਣੇ ਜੀਵਨ ਨੂੰ ਅਸੂਲਾਂ ਨਾਲ ਜੋੜ ਕੇ ਰੱਖੀ ਸੰਤ ਬਿਰਤੀ ਰੂਹਾਂ ਦੇ ਨਾਲ ਜਾਂ ਉਸ ਸੰਤ ਅਸੂਲਤਾਈਆਂ ਨੂੰ ਜਿਹੜੇ ਸਾਨੂੰ ਸਮਝਾਉਂਦੇ ਮਨਾਉਂਦੇ ਦੱਸਦੇ ਉਹਨਾਂ ਦੇ ਨਾਲ ਕਾਹਦੇ ਲਈ ਤੋਂ ਆਪਣੇ ਆਪ ਨੂੰ ਉਲਝਾਣਾ ਆ ਇਹ ਛੋਟੇ ਤੋਂ ਛੋਟੇ ਲੈਵਲ ਤੋਂ ਲੈ ਕੇ ਵੱਡੇ ਤੋਂ ਵੱਡੇ ਪੱਧਰ ਤੱਕ ਬਾਤ ਕੀਤੀ ਜਾ ਸਕਦੀ ਹੈ ਗੁਰੂ ਮਹਾਰਾਜ ਕਹਿੰਦੇ ਸੰਤ ਕਾ ਨਿੰਦਕ ਆਕਾਸ ਤੇ ਟਾਰੋਂ ਸੰਤ ਕੋ ਰੱਖੋ ਆਪਣੇ ਜੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਸੁਭਾਅ ਦੀ ਗੱਲ ਹੋ ਰਹੀ ਹੈ ਸੰਤ ਉਹ ਹੈ ਜਿਹੜਾ ਰੱਬ ਦੇ ਹਿਰਦੇ ਚ ਹੀ ਵਸਦਾ ਆ ਉਹਦੇ ਬਿਲਕੁਲ ਕਹਿ ਲੋ ਉਹਦੇ ਜੀ ਨਾਲ ਆ ਉਹਦੇ ਅਸੀਂ ਵੀ ਜਿਹਨੂੰ ਜੀ ਜਾਣ ਤੋਂ ਪਿਆਰ ਕਰੀਏ ਉਹਦੇ ਵਾਸਤੇ ਆਪਣੀ ਜੀ ਜਾਨ ਲਾ ਦਿੰਨੇ ਆ ਤੇ ਜਿਹੜਾ ਹੈ ਹੀ ਰੱਬ ਦਾ ਪਿਆਰਾ ਉਹਦੇ ਲਈ ਤੇ ਡੈਫੀਨਿਟਲੀ ਉਤਰ ਤਕਾਸ ਇੱਕ ਕਰ ਦੇਗਾ ਇਹ ਹੋ ਜੇ بڑے ਰੰਗ ਅਸੀਂ ਤਾਰੀਖ 'ਚ ਪੜਦੇ ਆ ਹਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਦਿਨ ਜਾਮੇ ਸ਼ਹਾਦਤ ਪੀਂਦੇ ਨੇ ਆ ਚਾਂਦਨੀ ਚੌਕ ਦੇ ਵਿੱਚ ਕਹਿੰਦੇ ਨੇ ਬੜਾ ਵੱਡਾ ਤੂਫਾਨ ਆਉਂਦਾ ਹੈ ਹਨੇਰੀ ਆਉਂਦੀ ਹੈ ਜਿਹੜਾ ਸ਼ਖਸ ਇਸ ਸਾਰੇ ਲਈ ਡਾਇਰੈਕਟਲੀ ਉਸ ਵਕਤ ਰਾਈਟਵੇ ਰਿਸਪੌਂਸਿਬਲ ਹੁੰਦਾ ਕਾਜ਼ੀ ਅਬਦੁਲ ਵਹਾਬ ਵੋਰਾ ਕਰ ਜਾਂਦਿਆਂ ਹੀ ਅਧ ਰੰਗ ਹੋ ਜਾਂਦਾ ਬਿਮਾਰ ਪੈ ਜਾਂਦਾ ਅਗਲੇ ਕੋਈ 15 ਦਿਨ ਲੁੱਛ ਦਾ ਮੰਜੇ ਦੇ ਉੱਤੇ ਇਹ ਮੈਂ ਕੋਈ ਕਹਾਣੀ ਨਹੀਂ ਬਿਆਨ ਕਰ ਰਿਹਾ ਹਿਸਟੋਰਿਕਲੀ ਐਵਿਡੈਂਸ ਬੇਸਡ ਗੱਲ ਹੈ ਤੇ ਫਿਰ 15 ਦਿਨ ਲੁੱਛਣ ਤੋਂ ਬਾਅਦ ਸਿਰੇ ਦਾ ਕਰਪਟ ਆਦਮੀ ਸੀਗਾ ਨਾ ਬਾਣੇ ਬਾਣੇ ਚ ਬਾਬਾ ਜੀ ਬਿਆਨ ਕਰਦੇ ਕਾਜ਼ੀ ਹੋਏ ਰਿਸ਼ਵਤੀ ਇਹੋ ਜੇ ਕਾਜ਼ੀ ਸੀ ਉਹ ਕਾਜ਼ੀ ਕਾਜ਼ੀ ਉਲ ਕਜ਼ਾ ਸੀ ਜਿਵੇਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੁੰਦਾ ਕੋਈ ਕਹਿੰਦੇ ਨੇ 33 ਲੱਖ ਦੀ ਨਗਦੀ ਤੇ ਕੁਝ ਜਿਹੜਾ ਹੈਗਾ ਸੇਰ ਸੋਨਾ ਚਾਂਦੀ ਤੇ ਹੀਰੇ ਜਵਾਰਾ ਇਹ ਸਾਰੀ ਦੌਲਤ ਆਪਣੇ ਘਰ ਚ ਇਕੱਠੀ ਕੀਤੀ ਉਸਨੇ ਤੇ ਸਭ ਕੁਝ ਛੱਡ ਕੇ 15 ਦਿਨਾਂ ਬਾਅਦ ਆਖਰਕਾਰ ਫਿਰ ਇਸ ਬਿਮਾਰੀ ਦੇ ਨਾਲ ਫੌਤ ਹੋਣਾ ਇਸ ਰੂਪ ਵਿੱਚ ਇਹ ਹੈ ਜਿਸ ਨੂੰ ਅਕਾਲ ਪੁਰਖ ਵਹਿਗੁਰੂ ਆਪਣੇ ਗੁਣਾਂ ਨਾਲ ਨਵਾਜਦਾ ਆਇਆ ਜੇ ਕਿਤੇ ਬੰਦਾ ਉਹਦਾ ਸ਼ਰੀਕ ਬਣ ਕੇ ਵਰਤਨ ਦੀ ਕੋਸ਼ਿਸ਼ ਕਰੇ ਤੇ ਕਹਿੰਦੇ ਫਿਰ ਕੁਦਰਤ ਇntਕਾਮ ਲੈਂਦੀ ਹੈ ਕਿਉਂਕਿ ਉਹ ਉਹਦੇ ਜੀ ਦਾ ਟੁਕੜਾ ਹੈ ਰੱਬ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੋਭnik ਅਹਿਸਾਸਾਂ ਦਾ ਬਚਨ ਆਇਆ ਮਹਾਰਾਜ بیان ਕਰਦੇ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋਂ ਤਤਖਿਨ ਤਾਲ ਜਿੱਥੇ ਸੰਤ ਪ੍ਰਵਿਰਤੀ ਅਸਰ ਕਰਦੀ ਹੈ ਉਹ ਤੇ ਫਿਰ ਰਾਈਟ ਵੇ ਉਧਾਰ ਹੋ ਜਾਂਦਾ ਹੈ ਰਾਈਟ ਵੇ ਕਲਿਆਣ ਹੋ ਜਾਂਦਾ ਹੈ ਅਸੀਂ ਸਾਰੇ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਆ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ ਕੋਈ ਇਹੋ ਜਿਹਾ ਪਿਆਰੇ ਕਾ ਇਹੋ ਜਿਹਾ ਸਜਣ ਇਹੋ ਜਿਹੀ ਰੋਹਾਨੀ ਗੁਣਾਂ ਦੇ ਮਾਲਕ ਜਿਹੜੇ ਸਾਡੇ ਜੀਵਨ ਵਿੱਚ ਆਉਣ ਜੀਵਨ ਦੇ ਵਿੱਚ ਜਿਨ੍ਹਾਂ ਦਾ ਅਸਰ ਅਸਰਾਰ ਹੋਵੇ ਤੇ ਸਾਡਾ ਜੀਵਨ ਵੀ پاک ਸਾਫ ਹੋ ਜਾਏ ਪਰ ਇਹ ਹੈ ਬੰਦਾ ਵਿਅਕਤੀਵਾਦੀ ਜਾਂ ਵਿਕਤੀ ਪੂਜਾ ਚ ਨਾਂ ਲੱਗੇ ਸਾਡੇ ਕਰ ਸ਼ਬਦ ਦਾ ਮੰਜ਼ਰ ਹੈ ਅਸੀਂ ਸ਼ਬਦ ਨੂੰ ਹੀ ਗੁਰਮੂਰਤ ਗੁਰਸ਼ਬਦ ਹੈ ਇਹ ਕਹਿੰਨੇ ਆ ਤੇ ਸਾਡਾ ਸੰਤ ਤੇ ਅਸਲੇ ਸਭ ਤੋਂ ਵੱਡਾ ਸੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਂ ਬਿਆਨ ਕਰਦਾ ਸਾਡੇ ਲਈ ਤਾਂ ਅਸੀਂ ਇਸੇ ਨੂੰ ਕਹਿੰਨੇ ਆ ਕਿ ਇਹ ਹੀ ਸਾਡੀ ਸਭ ਤੋਂ ਵੱਡੀ ਪ੍ਰਗਟ ਜੋਤ ਆ ਇਸੇ ਦੇ ਅਸੀਂ ਕਰਨ ਧਾਰ ਹੋਈਏ ਇਹਦੇ ਵਿਚਾਰਾਂ ਸ਼ਬਦਾਂ ਦੇ ਨਾਲ ਆਤਮ ਸਾਥ ਹੋਈ ਤੇ ਅਹਿਸਾਸ ਹੀ ਇਹ ਹੀ ਸ਼ਬਦ ਸਾਡੇ ਜੀ ਨਾਲ ਵਸੇ ਇਹ ਹੀ ਸ਼ਬਦ ਨੂੰ ਅਸੀਂ ਆਪਣਾ ਆਪ ਸਮਰਪਿਤ ਕਰੀਏ ਅਗੇ ਤਿੰਨ ਬੰਦ ਹੋਰ ਨੇ ਜਿਨ੍ਹਾਂ ਚ ਪੜੀ ਡिटੇਲਡ ਵੇਨ ਮਹਾਰਾਜ ਨੇ ਬਾਤ ਕੀਤੀ ਜਿਹਦੇ ਵਿਚਾਰ ਆਉਂਦੇ ਕੱਲ ਕਰਾਂਗੇ ਅੱਜ ਵਾਸਤੇ ਸਮਾਪਤ ਧਿਆ ਪੁੱਲਾਂ ਗਲਤੀਆਂ ਨਾ ਚਤਾਰਣੀਆਂ ਕਹਿ ਦੇਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ